ਅਸੀਂ ਜਿਹੜਾ ਹੈਗਾ ਜਿੰਨੇ ਵੀ ਵਰਕਰ ਸੀ ਕਾਂਗਰਸ ਪਾਰਟੀ ਦੇ ਪੂਰੀ ਹਲਕੇ ਦੇ ਅੰਦਰ, ਉਹਨਾਂ ਦੀ ਅਸੀਂ ਮੀਟਿੰਗ ਰੱਖੀ ਸੀ। ਪਰ ਆਈ ਐਮ ਥੈਂਕਫੁਲ ਟੂ ਦਾ ਵਰਕਰਸ ਕਿ ਇੱਕ ਮੀਟਿੰਗ ਨੂੰ ਉਹਨਾਂ ਨੇ ਰੈਲੀ ਤੋਂ ਵੀ ਵੱਧ ਦਾ ਰੂਟ ਬਣਾਤਾ ਉਹ, ਅਤੇ ਇਹ ਸਾਡੀ ਜਿਹੜੀ ਪਿਆਰ ਲੋਕਾਂ ਦੇ ਨਾਲ, ਸਾਡੀ ਮਿਹਨਤ ਜਿਹੜੀ ਪਿਛਲੇ ਸਮੇਂ ਦੌਰਾਨ ਅਸੀਂ ਉਹ ਇਮਾਨਦਾਰੀ ਦੇ ਨਾਲ ਕੀਤੀ ਹੈ, ਅਤੇ ਉਹਦਾ ਇਹ ਨਤੀਜਾ ਸੀ ਕਿ ਐਡਾ ਭਾਰੀ ਜਿਹੜਾ ਇਕੱਠ, ਬਾਵਜੂਦ ਇਸਦੇ ਕਿ ਜਿਹੜਾ ਕਣਕ ਦੀ ਕਟਾਈ ਦਾ ਸੀ, ਜਿੰਨਾ ਚ ਕਿਸੇ ਕੋਲ ਵੀ ਵਕਤ ਨਹੀਂ ਹੈ, ਪਰ ਫਿਰ ਵੀ ਤੁਸੀਂ ਦੇਖੋ ਕਿ ਨਾ ਕਿਸਾਨ ਕੋਲ ਵਕਤ ਆ, ਨਾ ਮਜ਼ਦੂਰ ਕੋਲ ਵਕਤ ਆ, ਕਿਸੇ ਕੋਲ ਵੀ ਵਕਤ ਨਹੀਂ, ਪਰ ਇਹਦੇ ਬਾਵਜੂਦ ਐਡਾ ਭਾਰੀ ਜਿਹੜਾ ਕੱਟ ਹੋਇਆ। ਸੋ ਮੈਂ ਤਾਂ, ਮੇਰਾ ਤਾਂ ਰੋਮ ਰੋਮ ਰਿਣੀ ਆ ਉਹਨਾਂ ਦੀ ਖਾਤਰ। ਅਤੇ ਦੂਜੀ ਗੱਲ ਜਿਹੜੀ ਹੈ ਕਿ ਵਰਕਰਾਂ ਨੇ ਆਪਣੀ ਗੱਲ ਜਿਹੜੀ ਦੱਸਣੀ ਚਾਹੁੰਦੇ ਸੀਗੇ, ਮੈਨੂੰ ਤਾਂ ਪਤਾ ਸੀਗਾ, ਮੈਂ ਇਸੇ ਕਰਕੇ ਜਿਹੜਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੁਲਾ ਕੇ ਕਿਹਾ ਕਿ ਵਰਕਰ ਬਹੁਤ ਮਾਯੂਸ ਆ, ਕਿਉਂਕਿ ਕੁਛ ਵਰਕਰ ਸਾਡਾ ਪਿਛਲੇ ਸਮੇਂ ਦੌਰਾਨ ਦੂਜੀਆਂ ਪਾਰਟੀਆਂ 'ਚ ਸ਼ਿਫਟ ਹੋ ਗਿਆ। ਦੈਟ ਵਾਜ ਦਾ ਰੀਜਨ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਸੀਗੇ, ਦੋ ਵਾਰ ਉਹ ਮੁੱਖ ਮੰਤਰੀ ਰਹੇ ਆ, ਉਹਨਾਂ ਦਾ ਘਰ ਦੇ ਵਿੱਚੋਂ 5 ਵਾਰ ਮੈਂਬਰ ਪਾਰਲੀਮੈਂਟ ਰਹੇ ਆ, ਅਤੇ ਉਹਨਾਂ ਨੇ ਮਿਨਿਸਟਰ ਮਤਲਬ ਕਿ ਗੌਰਮੈਂਟ ਆਫ ਇੰਡੀਆ 'ਚ ਰਹੇ ਆ, ਅਤੇ ਚਲੋ ਉਹਨਾਂ ਨੇ ਵੀ ਆਪਣਾ ਜਿਹੜਾ ਕੁਛ ਬੰਦਿਆਂ ਨੂੰ ਤਾਂ ਨਾਲ ਜੋੜਿਆ ਹੀ ਹੋਏਗਾ, ਅਤੇ ਉਹਦੇ ਕਰਕੇ ਜਿਹੜੇ ਕਾਫੀ ਲੋਕ ਜਿਹੜੇ ਹੈਗੇ ਸੀਗੇ ਉਹਨਾਂ ਦੇ ਨਾਲ ਵੀ ਜਿਹੜੇ ਜੁੜੇ ਅਤੇ ਦੂਜੀਆਂ ਪਾਰਟੀਆਂ 'ਚ ਚਲੇ ਗਏ। ਅਤੇ ਸਭ ਤੋਂ ਜ਼ਿਆਦਾ ਜਿਹੜਾ ਵਰਕਰਸ ਨੂੰ ਇਹ ਗੁੱਸਾ ਸੀ ਕਿ ਜਦੋਂ ਇਹ ਕਾਂਗਰਸ ਪਾਰਟੀ ਨੇ ਕਿਸੇ ਬਾਹਰੋਂ ਲਿਆ ਕੇ ਕਿਸੇ ਆਦਮੀ ਨੂੰ ਜਿਹੜੀ ਟਿਕਟ ਆ ਉਹ ਦਿੱਤੀ ਆ, ਉਹ ਸਾਨੂੰ ਇਹ ਡਰ ਸੀ, ਉਹ ਖਦਸਾ ਸੀ, ਉਹ ਖਦਸੇ ਦੇ ਕਾਰਨ ਜਿਹੜੀ ਅਸੀਂ ਇਹ ਵੱਡੀ ਮੀਟਿੰਗ ਰੱਖੀ ਸੀ, ਤਾਂ ਕਿ ਜਿਹੜੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹ ਵੀ ਆ ਕੇ ਗੱਲ ਸੁਣ ਲੈਣ। ਉਹਨਾਂ ਨੂੰ ਪਹਿਲਾਂ ਹੀ ਉਹਨਾਂ ਦੇ ਧਿਆਨ 'ਚ ਕਾਫੀ ਕੁਛ ਸੀਗਾ, ਅਸੀਂ ਰਾਹੁਲ ਜੀ ਨੂੰ ਵੀ ਸਾਡੀ ਗੱਲ ਹੋਈ, ਉਹਨਾਂ ਨੂੰ ਵੀ ਅਸੀਂ ਦੱਸਤਾ ਸੀਗਾ। ਇਹ ਮੇਰੇ 'ਤੇ ਤਾਂ ਉਦੋਂ ਜਿਹੜਾ ਸੀਗਾ ਮੁਕੱਦਮਾ ਸੀਗਾ ਨਜਾਇਜ਼, ਉਹ ਸਰਕਾਰ ਨੇ ਦਰਜ ਕੀਤਾ ਸੀ, ਮੈਂ ਅਤੇ ਉਹ ਮੇਰੇ ਵਾਈਫ ਨੇ ਪਿੱਛੋਂ ਬਹੁਤ ਵੱਡੀ ਮੀਟਿੰਗ ਸੀ ਜਿਹੜੀ ਉਹ ਰਾਹੁਲ ਜੀ ਦੀ ਯਾਤਰਾ ਦੇ ਲਈ ਅਰੇਂਜ ਕਰਾਈ, ਆਪ ਵੀ ਉਹ 8-10 ਬੱਸਾਂ ਲੈ ਕੇ ਉਹ ਯਾਤਰਾ ਦੇ ਵਿੱਚ ਸ਼ਾਮਿਲ ਹੋਏ ਸੀਗੇ। ਤਾਂ ਬੜਿੰਗ ਸਾਹਿਬ ਉਦੋਂ ਆ ਕੇ ਕਹਿ ਕੇ ਗਏ ਸੀਗੇ ਪਟਿਆਲਾ ਤੋਂ ਜਿਹੜਾ ਹੈਗਾ ਪਾਰਲੀਮੈਂਟ ਦੀ ਇਨ ਫਿਊਚਰ, ਕਿਉਂਕਿ ਵੀ ਲੋਕ ਇਹਨਾਂ ਨੂੰ ਪਿਆਰ ਕਰਦੇ ਆ, ਵੀ ਇਹਨਾਂ ਨੂੰ ਜਿਹੜੀ ਹੈਗੀ ਅਸੀਂ ਚੋਣ ਉਹ ਲੜਾਵਾਂਗੇ, ਅਤੇ ਵਰਕਰ ਆਪਣੇ ਪੱਧਰ ਦੀ ਤਿਆਰੀ 'ਚ ਲੱਗੇ ਹੋਏ ਸੀਗੇ, ਅਤੇ ਸਾਨੂੰ ਵੀ ਪਿੱਛੇ ਜੇ ਬੁਲਾ ਕੇ ਇਹਨਾਂ ਨੇ ਉਸ ਹਿੰਟ ਦੇ ਤਾ ਸੀ ਕਿ ਵੀ ਤੁਸੀਂ ਜਾ ਕੇ ਆਪਣਾ ਤਿਆਰੀ ਕਰੋ, ਤਾਂ ਮੈਂ ਵੀ ਇਸੀ ਗੱਲ ਦੇ ਵਿੱਚ ਤਿਆਰੀ 'ਚ ਲੱਗ ਗਿਆ ਸੀਗਾ। ਤਾਂ ਮੈਨੂੰ ਪਤਾ ਨਹੀਂ ਵੀ ਕੀ ਕਾਰਨ ਬਣੇ ਆ। ਦੇਖੋ ਇਹ ਉਹਨਾਂ ਦਾ ਫੈਸਲਾ ਹੈ, ਅਤੇ ਮੈਂ ਇਹਦੇ ਲਈ ਕੁਛ ਨਹੀਂ ਕਹਿਣਾ ਕਿ ਕੀ ਫੈਸਲਾ ਉਹ ਕਰਨਗੇ ਨਹੀਂ ਕਰਨਗੇ, ਅਤੇ ਕਿਉਂਕਿ ਮੇਰੀ ਇਹ ਕੋਈ ਡਿਮਾਂਡ ਤਾਂ ਹੈ ਨਹੀਂ ਕਿ ਮੈਂ ਟਿਕਟ ਬਦਲਵਾਵਾਂ, ਪਰ ਇਹ ਲੋਕਾਂ ਦੀ ਡਿਮਾਂਡ ਹੈ ਅਤੇ ਵਰਕਰਾਂ ਦੀ ਡਿਮਾਂਡ ਹੈ। ਚਲੋ ਆਈ ਵਿਲ ਟਰਾਈ ਕਿ ਉਹਨਾਂ ਨੂੰ ਕੁਛ ਸਮਝਾਵਾਂ, ਪਰ ਗੁੱਸਾ ਹੀ ਬਹੁਤ ਜ਼ਿਆਦਾ। ਦੇਖੋ ਰੇਡ ਕਾ ਹਰ ਵਿਅਕਤੀ ਦਾ ਹੱਕ ਬਣਦਾ ਹੈ, ਔਰ ਜਿਸ ਪ੍ਰਕਾਰ ਇਹਨਾਂ ਪਰਿਵਾਰਾਂ ਨੇ, ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਨੇ, ਸਰਦਾਰ ਹਰਦਿਆਲ ਕੰਬੋਜ ਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ, ਨਾ ਕੇਵਲ ਪਟਿਆਲੇ ਦੇ ਵਿੱਚ, ਪੰਜਾਬ ਦੇ ਵਿੱਚ। ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ। ਅੱਜ ਬਹੁਤ ਸਾਰੇ ਲੋਕ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸੁਨੇਹੇ ਤੇ, ਪਰ ਅੰਤਿਮ ਫੈਸਲਾ
ਉਹਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ, ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਕਿਹਾ ਕਿ ਆਹ ਸਾਡਾ ਗਿਲਵਾ ਹੈ, ਗਿਲਾ ਹੈ, ਆ ਸ਼ਿਕਵਾ ਹੈ, ਹੱਕ ਸਾਡਾ ਬਣਦਾ ਸੀ, ਇਸ ਗੱਲ 'ਚ ਕੋਈ ਦੋ ਰਾਏ ਨਹੀਂ। ਲੇਕਿਨ ਜੋ ਫੈਸਲਾ ਲਿਆ ਹਾਈ ਕਮਾਂਡ ਨੇ, ਅਸੀਂ ਉਹਦੇ ਤੇ ਫੁੱਲ ਚੜਾਉਣੇ ਹੈ। ਔਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ ਪਾ ਕੇ ਜਿਤਾਉਣ ਦਾ ਕੰਮ ਕਰਾਂਗੇ। ਦੇਖੋ, ਮੇਰੀ ਇਹ ਬੇਨਤੀ ਹੈ, ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਆਏ, ਵਰਕਰਾਂ ਨੂੰ ਭਰੋਸਾ ਹੈ ਸਰਦਾਰ ਲਾਲ ਸਿੰਘ 'ਚ, ਵਰਕਰਾਂ ਨੂੰ ਭਰੋਸਾ ਹੈ ਸਰਦਾਰ ਹਰਦਿਆਲ ਕੰਬੋ 'ਚ, ਵਰਕਰਾਂ ਨੂੰ ਭਰੋਸਾ ਹੈ ਰਜਿੰਦਰ ਸਿੰਘ 'ਚ, ਵਰਕਰਾਂ ਨੂੰ ਭਰੋਸਾ ਗੁਰਸ਼ਰਨ ਰੰਧਾਵਾ 'ਚ, ਨਿਰਮਲ ਸਿੰਘ ਛਤਰਾਣਾ 'ਚ। ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40-40 ਸਾਲ ਆਪਦੇ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਨੇ, ਮੈਨੂੰ ਨਹੀਂ ਲੱਗਦਾ ਕਿ ਕਿਸੇ ਵਰਕਰ ਨੂੰ ਰਾਜੇ ਐਵੜਿੰਗ ਕੋਲੇ ਆਉਣ ਦੀ ਲੋੜ ਪੈਣੀ ਹੈ। ਉਹ ਸਰਦਾਰ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ, ਹਰਦਿਆਲ ਜੀ ਨੇ ਸੰਭਾਲੇ ਆ, ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ। ਹੰਡਰਡ% ਜਾਣਗੇ। ਜਦੋਂ ਜੇ ਨਾ ਜਾਣਾ ਹੁੰਦਾ ਤਾਂ ਫਿਰ ਕਾਂਗਰਸ ਦਾ ਝੰਡਾ ਥੋੜੀ ਲਾਉਣਾ ਸੀ। ਇਹ ਇਹਨਾਂ ਦੇ ਖੂਨ 'ਚ ਕਾਂਗਰਸ ਹੈ, ਕੋਈ ਇੱਧਰ ਉੱਧਰ ਹੋ ਸਕਦਾ, ਲੇਕਿਨ ਇਹ ਪਰਿਵਾਰ ਨਹੀਂ ਇੱਧਰ ਉੱਧਰ ਹੋ ਸਕਦਾ। ਸੋ ਮੈਨੂੰ ਲੱਗਦਾ ਕਿ ਦੇਖੋ, ਹਰ ਵਿਅਕਤੀ ਨੂੰ ਹੁੰਦਾ, ਉਹਨਾਂ ਨੂੰ ਟਿਕਟ ਨਹੀਂ ਮਿਲੀ, ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡਤੀ। ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ। ਮੈਂ ਤਾਂ ਲੋਕਾਂ ਨੂੰ ਇਹੀ ਕਰੂੰਗਾ, ਕਹੂੰਗਾ, ਸਹਿਣਸ਼ੀਲਤਾ ਬਰਕਰਾਰ ਰੱਖੋ, ਸਹਿਜ ਪੱਕੇ ਸੋ ਮਿੱਠਾ ਹੋਏ, ਸਾਨੂੰ ਤਕੜੇ ਹੋ ਕੇ ਆਪਦੇ ਘਰੇ ਪਹਿਰਾ ਦੇਣਾ ਚਾਹੀਦਾ ਹੈ। ਔਰ ਮੈਨੂੰ ਲੱਗਦਾ ਅੱਜ ਨਹੀਂ ਤਾਂ ਕੱਲ ਉਸ ਗੱਲ ਦੀ ਜਨਤਾ ਪਹਿਚਾਣ ਕਰਨੀ ਹੈ। ਇਹ MP ਬਣਨਾ, MLA ਬਣਨਾ ਛੋਟੀ ਗੱਲ ਹੈ, ਲੀਡਰ ਬਣਨਾ ਬਹੁਤ ਔਖੀ ਗੱਲ। ਦੇਸ਼ ਦੇ ਦਾ ਪ੍ਰਧਾਨ ਮੰਤਰੀ ਆਦਰਨੀਯ ਨਰਿੰਦਰ ਮੋਦੀ ਜੀ ਸਿੱਖਾਂ ਦੇ ਦੁਸ਼ਮਣ ਹਨ, ਇਹ ਮੈਂ ਕਹਿ ਸਕਦਾ। ਜਿਸ ਪ੍ਰਕਾਰ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ, ਅੱਜ ਦੇਸ਼ ਦੀ ਕੈਬਨਿਟ ਦੇ ਵਿੱਚ ਪੰਜਾਬ ਦਾ ਇੱਕ ਸਿੱਖ ਨਹੀਂ ਹੈ। ਜਿਸ ਪ੍ਰਕਾਰ ਪੱਗ ਤੇ ਸਵਾਲੀਆ ਚਿੰਨ ਲਾਏ ਗਏ ਭਾਜਪਾ ਦੀਆਂ ਵਰਕਰਾਂ ਦੁਆਰਾ ਕਲਕੱਤੇ 'ਚ ਕਿਹਾ ਗਿਆ ਪੱਗ ਵਾਲੇ ਇੱਕ IPS ਆਫਿਸਰ ਨੂੰ, ਇਹ ਖਾਲਿਸਤਾਨੀ ਹੈ। ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਅਤਿਆਚਾਰ ਹਰ ਮੁੱਦੇ ਤੇ ਹੋਇਆ, ਅੱਜ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਬੈਠਾ ਹੈ, ਮੋਦੀ ਸਾਹਿਬ ਦੇ ਫੈਸਲੇ ਨੂੰ ਉਡੀਕ ਰਿਹਾ। ਮੈਂ ਸਮਝਦਾ ਕਿ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦੁਬਾਰੇ ਕਦੇ ਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਤਾਂ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ। ਇਸ ਕਰਕੇ ਸਾਰੇ ਪੰਜਾਬੀ ਇੱਕ ਮੁੱਠ ਨੇ ਤੇ ਪੰਜਾਬੀ ਇਹ ਜਾਣਦੇ ਨੇ ਕਿ ਸਾਡਾ ਤੈਸ਼ੀ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ। ਗਲਤ ਸਵਾਲ ਜ਼ਿਆਦੇ ਨਾ ਪੁੱਛੋ, ਫਿਰ ਮੈਂ ਕੁਛ ਹੋਰ ਕਹੂੰਗਾ। ਇਹ ਭਰੋਸਾ ਤੁਹਾਡੇ ਮੇਰੇ ਨਾਲ ਬੈਠੇ ਨੇ, ਮਗਰ ਰਾਹੁਲ ਸਾਰੇ ਇਕੱਠੇ, ਰਾਹੁਲ ਗਾਂਧੀ ਦੀ ਫੋਟੋ ਹੈ ਤੇ ਹੋਰ ਕੀ ਭਰੋਸਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਅਸੀਂ ਇਕੱਠੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।